ਦੂਜੀ ਦੂਜਾ ਤੋਹਫਾ ਕਿਹੜਾ? ਫਰਮਾਇਆ ਸੋਨਿਆ ਸੂਰਤ ਬਕਰਾ ਦੀਆਂ ਆਇਤਾਂ ਦੋ ਲੈ ਜਾਓ, ਮੈਂ ਦਰਖਾਸਤ ਕਰਾਂਗਾ ਜਿੰਨੇ ਭਾਈ ਇੱਥੇ ਬੈਠੇ ਹੋ ਤੁਹਾਡੇ 'ਚੋਂ ਕੋਈ ਵੀ ਐਸਾ ਨਹੀਂ ਜਿਹੜਾ ਕੁੰਦ ਜ਼ੇਨ ਹੋਵੇ, ਜਿਹਦੀ ਅਕਲ ਕੰਮ ਨਾ ਕਰਦੀ ਹੋਵੇ, ਜਿਹਦਾ ਦਿਮਾਗ ਹੌਲਾ ਹੋਵੇ। ਮਾਸ਼ਾਅੱਲਾ ਤੁਸੀਂ ਹਿਸਾਬ ਕਿਤਾਬ ਕਰਨ 'ਚ ਬੜੇ ਤੇਜ਼ ਹੋ, ਅਤੇ ਜਿਹੜਾ ਬੰਦਾ ਐਡਾ ਤੇਜ਼ ਹੋਵੇ ਹਿਸਾਬ ਕਿਤਾਬ ਕਰਨ ਦੇ ਅੰਦਰ, ਉਹਨੂੰ ਕੁਰਾਨ ਦੀਆਂ ਦੋ ਐਤਾਂ ਯਾਦ ਨਹੀਂ ਹੋ ਸਕਦੀਆਂ? ਹੋ ਸਕਦੀਆਂ ਨੇ ਕਿ ਨਹੀਂ? ਉੱਚੀ ਬੋਲੋ, ਹੋ ਸਕਦੀਆਂ ਨੇ ਕਿ ਨਹੀਂ? ਅੱਲਾ ਬਾਈ ਤੁਹਾਨੂੰ ਸਾਰਿਆਂ ਨੂੰ ਮੇਰੇ ਸਮੇਤ ਇਹ ਸੂਰਤ ਬਕਰਾ ਦੀਆਂ ਆਖਰੀ ਦੋ ਐਤਾਂ ਜ਼ੁਬਾਨੀ ਯਾਦ ਕਰਨ ਦੀ ਤੌਫੀਕ ਅਤਾ ਫਰਮਾਏ। ਕਰੋਗੇ ਇਨਸ਼ਾਅੱਲਾ? ਵਾਅਦਾ ਕਰੋ ਬਾਈ, ਕਰੋਗੇ ਇਨਸ਼ਾਅੱਲਾ? ਅੱਲਾ ਦੀ ਕਸਮ, ਫਾਇਦਾ ਬੜਾ ਜੇ ਇਸ ਵਾਸਤੇ ਤੁਹਾਡੇ ਕੋਲ ਵਾਅਦਾ ਲੈ ਰਿਹਾ ਕਿ ਕਰ ਲਓ ਚੰਗੇ ਰਹੋਗੇ, ਇਹਦਾ ਫਾਇਦਾ ਕਿੰਨਾ ਕੁ ਹੈ? ਅੱਲਾ ਦੇ ਪੈਗੰਬਰ ਅਲੈਹ ਸਲਾਮ ਫਰਮਾਉਂਦੇ ਨੇ, ਮੈਨੂੰ ਰੱਬ ਨੇ ਆਖਿਆ ਸੋਹਣਿਆ ਇਹ ਦੋ ਐਤਾਂ ਲੈ ਜਾਓ। ਆਮਨ ਰਸੂਲੁ ਬਿਮਾ ਉਨਜ਼ਿਲਾ ਇਲੈਹਿ ਮਿਰ ਰੱਬਿਹਿ ਵਲ ਮੁਮਿਨੂਨ ਕੁੱਲੁਨ ਆਮਨਾ ਬਿੱਲਾਹਿ ਵ ਮਲਾਇਕਤਿਹਿ ਵ ਕੁਤੁਬਿਹਿ ਵ ਰੁਸੁਲਿਹਿ ਲਾ ਨੁਫਰਿਕੁ ਬੈਨਾ ਅਹਦਿਨ ਮਿਰ ਰੁਸੁਲਿਹਿ ਵ ਕਾਲੂ ਸਮਿਅਨਾ ਵ ਅਤਾਨਾ ਗੁਫਰਾਨਕ ਰੱਬਨਾ ਵ ਇਲੈਕਲ ਮਸੀਰ ਲਾ ਯੁਕੱਲਿਫੁਲਾਹੁ ਨਫਸਨ ਇਲਾ ਵੁਸਅਹਾ ਲਹਾ ਮਾ ਕਸਬਤ ਵ ਅਲੈਹਾ ਮਕਤਸਬਤ ਰੱਬਨਾ ਲਾ ਤੁਆਖਿਜ਼ਨਾ ਇਨ ਨਸੀਨਾ ਔ ਅਖਤਾਨਾ ਰੱਬਨਾ ਵਲਾ ਤਹਮਿਲ ਅਲੈਨਾ ਇਸਰਨ ਕਮਾ ਹਮਲਤਹੁ ਅਲਲਜ਼ੀਨਾ ਮਿਨ ਕਬਲਿਨਾ ਰੱਬਨਾ ਵਲਾ ਤੁਹਮਿਲਨਾ ਮਾ ਲਾ ਤਾਕਤ ਲਨਾ ਬਿਹਿ ਵਾਫੁ ਅੰਨਾ ਵਗਫਿਰ ਲਨਾ ਵਰਹਮਨਾ ਅੰਤ ਮੌਲਾਨਾ ਫੰਸੁਰਨਾ ਅਲਲ ਕੌਮਿਲ ਕਾਫਰੀ। ਇਹ ਦੋ ਐਤਾਂ ਯਾਦ ਕਰ ਲਓ। ਅੱਲਾ ਦੇ ਨਬੀ ਫਰਮਾਉਂਦੇ ਨੇ, ਅੱਲਾ ਇਹਨਾਂ ਦੋ ਐਤਾਂ ਦਾ ਕੀ ਹੋਏਗਾ? ਫਰਮਾਇਆ ਜਿਹੜਾ ਫਜਰ ਦੀ ਨਮਾਜ਼ ਤੋਂ ਬਾਅਦ ਸੁਬਹ ਦੇ ਅਜ਼ਕਾਰ ਦੇ ਨਾਲ ਇਹਨਾਂ ਦੋ ਐਤਾਂ ਨੂੰ ਪੜ੍ਹ ਲਵੇਗਾ, ਸ਼ਾਮ ਤੱਕ ਮੈਂ ਰੱਬ ਉਹਨੂੰ ਹਰ ਕਿਸਮ ਦੇ ਮਸਲਿਆਂ ਤੋਂ ਕਾਫੀ ਹੋ ਜਾਵਾਂਗਾ। ਅਤੇ ਜਿਹੜਾ ਰਾਤ ਨੂੰ ਇਹ ਦੋਵੇਂ ਐਤਾਂ ਪੜ੍ਹ ਕੇ ਸੋਵੇਗਾ, ਮੈਂ ਸਵੇਰ ਤੱਕ ਉਹਨੂੰ ਸਾਰੀ ਰਾਤ ਕਾਫੀ ਹੋ ਜਾਵਾਂਗਾ। ਕਾਫੀ ਹੋਣ ਦਾ ਮਤਲਬ ਕੀ ਹੈ ਭਲਾ? ਮੈਂ ਉਹਨੂੰ ਕੋਈ ਨੁਕਸਾਨ ਨਹੀਂ ਆਉਂਦਿਆ। ਔਰ ਜਿਹਨੂੰ ਰੱਬ ਕਾਫੀ ਹੋ ਜਾਏ ਉਹਨੂੰ ਫਿਰ ਕੋਈ ਨੁਕਸਾਨ ਨਹੀਂ ਹੁੰਦਾ, ਉਹਦਾ ਫਿਰ ਕੁਝ ਵਿਗੜਦਾ ਨਹੀਂ, ਉਹਨੂੰ ਕੋਈ ਸ਼ੈ ਫਿਰ ਤਰਾਂਦੀ ਨਹੀਂ, ਉਹਨੂੰ ਕੋਈ ਸ਼ੈ ਡੰਗ ਮਾਰਦੀ ਨਹੀਂ, ਉਹਨੂੰ ਫਿਰ ਰਾਤ ਨੂੰ ਭੂਤ ਨੇ ਨਜ਼ਰ ਆਉਂਦੇ, ਉਹਦੇ 'ਤੇ ਜਾਦੂ ਬੋਲੋ ਅਸਰ ਫਿਰ ਕਰਦੇ। ਇਹ ਜਾਦੂ ਦਾ ਬੜਾ ਹੀ ਬਿਹਤਰੀਨ ਤੋੜ ਜੇ ਆ ਜਿਹੜੀਆਂ ਦੋ ਐਤਾਂ 'ਚ। ਆ ਜਿਹੜਾ ਜਾਦੂ ਤੁੜਾਉਣ ਵਾਸਤੇ ਤੁਸੀਂ ਲਈ ਫਿਰਦੇ ਹੋ ਨਾ, ਔਰ ਕਿਹੜੀਆਂ ਕਿਹੜੀਆਂ ਲਿੱਟਾਂ ਲੀਆਂ ਸਰਕਾਰਾਂ ਨੂੰ, ਅਤੇ ਉਹਨਾਂ ਕੋਲੋਂ ਜਾਦੂ ਟੁੱਟਦਾ ਨਹੀਂ, ਤੁਸੀਂ ਟੁੱਟ ਜਾਂਦੇ ਹੋ। ਇੱਜ਼ਤ ਗਈ, ਈਮਾਨ ਗਿਆ, ਪੈਸਾ ਗਿਆ, ਓਏ ਆ ਕੁਰਾਨ ਪੜ, ਸਾਰੇ ਜਾਦੂ ਟੂਣੇ ਰੱਬ ਦੀ ਰਹਿਮਤ ਨਾਲ ਖਤਮ ਹੋ ਜਾਣਗੇ। ਇੱਕ ਤਾਂ ਇਹ ਫਾਇਦਾ ਕਿ ਜਨਾਬ ਇਹਨਾਂ ਨੂੰ ਪੜ੍ਹੋਗੇ, ਸੁਬਹ ਪੜ੍ਹੋਗੇ ਸ਼ਾਮ ਤੱਕ ਰੱਬ ਕਾਫੀ ਹੋ ਜਾਏਗਾ, ਸ਼ਾਮ ਨੂੰ ਪੜ੍ਹੋਗੇ ਸੁਬਹ ਤੱਕ ਰੱਬ ਕਾਫੀ ਹੋ ਜਾਏਗਾ। ਇੱਕ ਹੋਰ ਵੀ ਇਹਦਾ ਫਾਇਦਾ, ਇਹ ਸਾਰੇ
ਸਾਰੀਆਂ ਦੁਆਈਆਂ ਕਲੇਮਾਤ ਨੇ। ਤੇ ਅੱਲਾ ਦੇ ਨਬੀ ਫਰਮਾਉਂਦੇ ਨੇ ਜਦੋਂ ਇਹ ਬੰਦਾ ਪੜ੍ਹਦਾ ਨਾ, ਅੱਲਾ ਫਰਮਾਉਂਦਾ ਤੂੰ ਮੰਗੀ ਆ ਮੈਂ ਦੇਈ ਆਵਾਂਗਾ।